ਮੈਨੀਫੈਸਟੋ ਰਜਿਸਟਰਡ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਨੇ ਵਾਅਦੇ ਕਰ ਲਏ, ਕਾਂਗਰਸ ਨੇ ਕਰ ਲਏ, ਅਕਾਲੀਆਂ ਨੇ ਕਰ ਲਏ, ਜਿਹਦੀ ਮਰਜ਼ੀ ਸਰਕਾਰ ਬਣ ਗਈ, ਜਿਹਦੀ ਸਰਕਾਰ ਬਣ ਗਈ ਉਹਦਾ ਮੈਨੀਫੈਸਟੋ ਇਲੈਕਸ਼ਨ ਕਮਿਸ਼ਨ ਮੋਨੀਟਰ ਕਰੇ। ਬਿਲਕੁਲ ਸਰ, ਜਿਹੜੇ ਟਾਈਮ ਬੋਰਡ ਵਾਅਦੇ ਨੇ 100 ਦਿਨਾਂ 'ਚ ਕਾਲਾ ਤਾਂ ਲਿਆਵਾਂਗੇ। 101ਵੇਂ ਦਿਨ ਬੀਜੇਪੀ ਨੂੰ ਨੋਟਿਸ ਜਾਣਾ ਚਾਹੀਦਾ ਸੀ ਕਿ ਜਿਨ੍ਹਾਂ ਨੇ 100 ਦਿਨਾਂ 'ਚ ਕਾਲੇ ਧਨ ਕਰਕੇ ਵੋਟਾਂ ਪਾਈਆਂ ਸੀ ਉਹਨਾਂ ਨਾਲ ਤਾਂ ਧੋਖਾ ਹੋ ਗਿਆ ਨਾ। ਬਿਲਕੁਲ, ਕਿਉਂ ਨਾ ਤੁਹਾਡੀ ਮਾਨਤਾ ਰੱਦ ਕੀਤੀ ਜਾਵੇ। ਇਹਨਾਂ ਨੇ ਕਿਹਾ ਘਰ ਘਰ ਨੌਕਰੀ ਦੇਵਾਂਗੇ, ਨੋਟਿਸ ਜਾਣਾ ਚਾਹੀਦਾ ਸੀ ਕਿ ਉਹਨਾਂ ਤੁਹਾਡੀ ਮਾਨਤਾ ਰੱਦ ਕੀਤੀ ਜਾਵੇ, ਤਾਂ ਕਿ ਅਗਲੀ ਵਾਰ ਜਦੋਂ ਪਾਰਟੀਆਂ ਮੈਨੀਫੈਸਟੋ ਲਿਖਣ ਤਾਂ ਉਹਨਾਂ 'ਤੇ ਤਲਵਾਰ ਲਟਕਦੀ ਹੋਵੇ, ਯਾਰ ਆਹ ਨਾਂ ਲਿਖੋ ਆਪਾਂ ਤੋਂ ਪੂਰਾ ਨਹੀਂ ਹੋਣਾ ਆਪਣੀ ਪਾਰਟੀ ਦੀ ਮਾਨਤਾ। 2019 ਦੇ ਵਿੱਚ ਤੁਸੀਂ ਮਤਲਬ ਕਿ ਕਿੱਥੋਂ ਮਤਲਬ ਕਿ ਚੋਣ ਲੜਨੀ? ਇਹ ਸਵਾਲ ਹੀ ਬਣਦਾ ਹੈ, ਸਵਾਲ ਹੀ ਨਹੀਂ ਬਣਦਾ ਮਤਲਬ ਕਿ ਇਲੈਕਸ਼ਨ ਤਾਂ ਲੜਨੀ ਹੈ ਤਾਂ ਇੱਥੋਂ ਲੋਕਲ। ਇਹਨਾਂ ਲੋਕਾਂ ਚ ਰਹਿੰਦੇ ਆ, ਹਰ ਰੋਜ਼ 20-20 ਪਿੰਡਾਂ ਚ ਮੈਂ ਵੀ ਜਾ ਰਿਹਾ, ਕੱਲ ਵੀ ਇਧਰ ਭਾਨੀਗੜ੍ਹ ਦੇ ਪਿੰਡਾਂ ਚ ਆਏ ਸੀ, ਅੱਜ ਵੀ ਜਾਊਂਗਾ ਕਪਿਆਲ ਤੇ ਮਾਝੀ, ਫਿਰ ਦਿੱਲੀ ਜਾਊਂਗਾ ਸ਼ਾਮ ਨੂੰ। ਸਭ ਤੋਂ ਵੱਧ ਹਾਜ਼ਰੀ, ਸਭ ਤੋਂ ਵੱਧ ਸਵਾਲ ਪੁੱਛਣ ਵਾਲੇ, ਸਭ ਤੋਂ ਵੱਧ ਡਿਬੇਟਾਂ ਚ ਹਿੱਸਾ ਲੈਣ ਵਾਲੇ, ਜਦੋਂ MPਾਂ ਦੀ ਲਿਸਟ ਬਣਦੀ ਹੈ ਤਾਂ ਟੌਪ 5 ਦੇ ਵਿੱਚ ਸੰਗਰੂਰ ਦੇ MP ਦਾ ਨਾਂ ਹੁੰਦਾ, ਅਤੇ ਸਭ ਤੋਂ ਵੱਧ ਲੋਕਾਂ ਦੇ ਵਿੱਚ ਵੀ ਅਸੀਂ ਆਉਂਦੇ ਹਾਂ। 650 ਤੋਂ ਲਗਭਗ ਵੱਧ ਪਿੰਡਾਂ 'ਚ ਮੈਂ ਚਲਾ ਗਿਆ ਸੰਗਰੂਰ ਅਤੇ ਬਰਨਾਲੇ ਦੇ, ਹਰੇਕ ਪਿੰਡ 'ਚ ਇੱਕ ਜਾ ਕੇ ਸਵਾਲ ਪੁੱਛਦਾ ਮੈਂ ਜਿੱਤਣ ਤੋਂ ਬਾਅਦ। ਮੈਥੋਂ ਪਹਿਲਾਂ ਤੁਹਾਡੇ ਪਿੰਡ ਕੋਈ MP ਆਇਆ? 90% ਦਾ ਜਵਾਬ ਆਇਆ ਹੁੰਦਾ, ਨਾ ਇੱਥੇ ਆਉਂਦੇ ਨੇ ਨਾ ਉੱਥੇ ਬੋਲਦੇ ਨੇ। ਢੀਂਡਸਰ ਸਾਹਿਬ ਵੀ ਤਾਂ MP ਨੇ ਜੀ, ਉਹ ਰਾਜਸਭਾ 'ਚ ਬੋਲਦੇ ਕੋਈ ਮੁੱਦਾ? ਉਹਨਾਂ ਕੋਲ ਵੀ 5 ਕਰੋੜ ਆਉਂਦਾ ਇੱਕ ਸਾਲ ਦਾ। ਤੁਸੀਂ ਆਹ ਮੁੱਦੇ ਨੇ ਭਾਜੀ, ਇਹ ਕਢਾਓ ਨਾ ਤੁਸੀਂ RTA 'ਚੋਂ, ਅੰਕੜਾ ਵਿਭਾਗ 'ਚੋਂ। ਮਾਨ ਸਾਹਿਬ ਗੈਂਗਸਟਰ ਢੀਂਡਸਰ ਸਾਹਿਬ ਦਾ, ਇੱਕ ਮਿੰਟ, ਢੀਂਡਸਰ ਸਾਹਿਬ ਦਾ 5 ਕਰੋੜ ਰੁਪਈਆ ਸਾਲ ਦਾ, ਉਹ ਕਿੱਥੇ ਵਰਤਿਆ ਪਿਛਲੇ ਸਾਲ ਦਾ ਤੁਹਾਨੂੰ ਪਤਾ? 2.5 ਕਰੋੜ ਰੁਪਈਆ ਲੰਬੀ, ਇਹ ਲਾਓ ਨਾ ਖਬਰ ਕਦੇ। ਹਾਂ ਲੰਬੀ ਲੰਬੀ ਵਰਤੇ ਗਏ। ਹਾਂਜੀ, ਕਿਉਂ ਕੀ ਗੱਲ? ਸੰਗਰੂਰ ਦੇ ਮਸਲੇ ਮੁੱਕ ਗਏ? ਸੰਗਰੂਰ ਦੇ ਲੋਕ 2.5-4 ਲੱਖ ਰੁਪਏ ਦਾ ਇੱਕ ਬੱਸ ਸਟੈਂਡ ਬਣਾ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰੂ ਨਦਰ ਕਰੇ ਦਾ ਪਾਠ ਕਰਾ ਰਹੇ ਨੇ, ਤਾਂ ਹੀ ਵੋਟਾਂ ਨੇ ਭਾਈ ਲੰਬੀ ਵਾਲੇ ਜਿੱਤਾਤੇ ਆ ਹਾਰ ਆਪੇ, ਦੇਖ ਲਓ ਫਿਰ। ਸੋ ਇਹ ਖਬਰ ਲਾਓ ਨਾ, 7.5 ਕਰੋੜ ਦਾ ਹਿਸਾਬ ਨਾ ਮੰਗੋ, 1-1 ਰੁਪਏ ਦਾ ਹਿਸਾਬ ਦੇਊਂਗਾ, 1 ਰੁਪਈਆ ਵੀ ਇੱਧਰ ਉੱਧਰ ਹੋ ਗਿਆ ਮੈਂ ਇਲੈਕਸ਼ਨ ਪਾਰਟੀ ਦੀ ਵੋਟਾਂ ਮੰਗਣੀਆਂ ਪੰਜਾਬ ਦੇ ਵਿੱਚ ਇਸ ਟਾਈਮ ਪਾਰਟੀ ਦੀ ਪੋਜੀਸ਼ਨ ਕੀ ਜੀ? ਦੇਖੋ, ਵਿਰੋਧੀ ਧਿਰ 'ਚ ਵਿਰੋਧੀ ਧਿਰ ਦਾ ਫਰਜ਼ ਬਣਦਾ ਕਿ ਚੌਕੀਦਾਰ ਕਰੇ, ਜੇ ਵਿਰੋਧੀ ਧਿਰ ਤਕੜੀ ਹੋਵੇ ਤਾਂ ਸਰਕਾਰਾਂ ਜਿਹੜੀਆਂ ਚੁਕੰਨੀਆਂ ਰਹਿੰਦੀਆਂ ਨੇ, ਕੰਮ ਕਰਦੀਆਂ ਨੇ, ਕੋਈ ਮਨਮਾਨੇ ਫੈਸਲੇ ਨਹੀਂ ਕਰਦੀਆਂ। ਪਹਿਲੀ ਵਾਰ ਹੋਇਆ 10 ਸਾਲ ਵਿਰੋਧੀ ਧਿਰ 'ਚ ਕਾਂਗਰਸ ਸੀ, ਮਜੀਠੀ ਨੇ ਲੁੱਟ ਕੇ ਪੰਜਾਬ ਖਾ ਲਿਆ ਚਿੱਟੇ ਦੇ ਰੂਪ 'ਚ, ਕਦੇ ਕਾਂਗਰਸ ਨੇ ਅਸਤੀਫਾ ਮੰਗਿਆ ਸੀ? ਬਲਕਿ ਉਹਦਾ ਬਚਾਅ ਕਰਦੇ ਰਹੇ ਨੇ ਵੀ ਨਹੀਂ ਨਹੀਂ CBI ਤੋਂ ਜਾਂਚ ਦੀ ਲੋੜ ਨਹੀਂ। ਪੰਜਾਬ ਪੁਲਿਸ ਕਰਨ ਤੋਤਾ ਸਿੰਘ ਨੇ ਕਿੱਡੇ ਵੱਡੇ ਘਪਲੇ ਕੀਤੇ ਸਪਰੇਆਂ 'ਚ, ਕੀਟਨਾਸ਼ਕਾਂ 'ਚ, ਅਸਤੀਫਾ ਮੰਗਿਆ ਕਦੇ? ਮਲੂਕੇ ਨੇ ਅਤੇ ਆਦੇਸ਼ ਪ੍ਰਤਾਪ ਨੇ ਕਿੱਡੇ ਵੱਡੇ ਘਪਲੇ ਕੀਤੇ। ਆਮ ਆਦਮੀ ਪਾਰਟੀ ਨੇ ਆਉਣ ਸਾਰ, ਅਸੀਂ 3 ਵਾਰ ਤਾਂ ਅਸੀਂ ਕੈਪਟਨ ਦੇ ਘਰ ਮੂਹਰੇ ਧਰਨਾ ਦੇਣ ਗਏ, ਗ੍ਰਿਫਤਾਰ ਹੋਏ ਹਾਂ ਰਾਣਾ ਗੁਰਜੀਤ ਦਾ ਅਸਤੀਫਾ ਮੰਗਦੇ ਹੋਏ। ਸਾਲ ਦੇ ਵਿੱਚ ਇਹਨਾਂ ਦੀ 1 ਵਿਕਟ ਡਿੱਗ ਪਈ, ਔਰ ਕਰਨਾ ਕੱਢਣਾ ਪਿਆ ਇਹ, ਕਿਉਂਕਿ ਵਿਰੋਧੀ ਧਿਰ ਜਿਹੜੀ ਹੈ ਉਹਦਾ ਫਰਜ਼ ਬਣਦਾ। ਗੈਂਗਸਟਰਾਂ ਦਾ ਸਫਾਇਆ ਹੋ ਰਿਹਾ, ਕੀ ਤੁਸੀਂ ਸਮਝਦੇ ਹੋ ਕਿ ਦੇਰ ਨਾਲ ਹੋ ਰਿਹਾ? ਦੇਖੋ, ਪਹਿਲੀ ਗੱਲ ਤਾਂ ਗੈਂਗਸਟਰ ਬਣਾਏ ਕਿਹਨੇ ਨੇ? ਗੈਂਗਸਟਰ ਬਣੇ ਕਿਉਂ? ਤੁਸੀਂ ਜਿੰਨੇ ਵੀ ਗੈਂਗਸਟਰ ਦੇਖੋਗੇ, ਤੁਸੀਂ ਉਹਨਾਂ ਦੇ ਬੈਕਗ੍ਰਾਉਂਡ ਦੇਖ ਲਓ, ਡਿਸਕਸ ਥਰੋ 'ਚ ਹੈ ਕੋਈ, ਕੋਈ ਕੋਈ ਵਧੀਆ ਪਲੇਅਰ ਸੀ? ਕਾਰਨ ਕੀ? ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਉਹਨਾਂ ਨਾਲ ਧੱਕਾ ਹੋ ਗਿਆ, ਫਿਰ ਉਦੋਂ ਬਾਅਦ ਲੀਡਰਾਂ ਦੇ ਹੱਥ ਚੜ ਗਏ, ਉਹਨਾਂ ਨੇ ਆਪਦੇ ਵਾਸਤੇ ਵਰਤਣ ਵਾਸਤੇ ਉਹ ਵਰਤ ਲਏ ਵੋਟਾਂ ਮਿਲੇ ਗੁੰਡਾਗਰਦੀਆਂ 'ਚ, ਉਦੋਂ ਮੁੜ ਕੇ ਕਹਿੰਦੇ ਜੀਤੇ ਤੇ ਤਾਂ ਗੁੰਡਾ। ਅਦਰਵਾਈਜ਼ 22-23-24 ਸਾਲ ਦੇ ਬੱਚੇ ਸਾਡੇ ਕਿਉਂ ਪਸਤੌਲ ਚੱਕੀ ਫਿਰਦੇ ਨੇ? ਸਾਡੇ 22-23-24 ਸਾਲ ਦੇ ਮੁੰਡੇ ਕੁੜੀਆਂ ਸਾਊਦੀ ਅਰਬ ਦੇ ਟਿੱਬਿਆਂ 'ਚ ਕਿਉਂ ਧੱਕੇ ਖਾਂਦੇ ਫਿਰਦੇ ਨੇ ਜੀ? ਰੋਜ਼ਗਾਰ ਇੱਥੇ ਮਿਲ ਜੇ, ਬਹੁਤ ਜ਼ਿਆਦਾ ਅਨਇੰਪਲੋਇਮੈਂਟ ਹੈ ਬਹੁਤ, ਹਰ 90-100% ਜੇ ਅੱਜ 100 ਸਟੂਡੈਂਟ ਪਲੱਸ ਟੂ ਕਰ ਰਿਹਾ ਤਾਂ ਉਹਨਾਂ 'ਚੋਂ 99% ਕੈਂਡੀਡੇਟ ਉੱਧਰ ਨੂੰ ਜਾਣ ਨੂੰ ਤਿਆਰ, ਆਈਲੈਟਸ ਕਰ ਰਹੇ, ਆਈਲੈਟਸ ਕਰ ਰਹੇ ਆ ਜੀ, ਉਹ ਫੋਰਨ ਜਾਣ ਦੇ ਵਿੱਚ ਇੱਛੁਕ ਹੈ। ਸਿੱਧੂ ਸਾਹਿਬ ਨਾਰਾਜ਼ ਚੱਲ ਰਹੇ ਨੇ ਜੀ ਕੈਪਟਨ ਸਾਹਿਬ।